ਆਹ ਬਾਈ ਜੀ, ਇੱਕ ਲਾਉਣਾ ਆਪਾਂ ਹਾਲਾ ਸਿਲੰਡਰ ਕਲੱਚ ਨੱਪਣ ਨੂੰ। ਇਹ ਤਾਂ ਵੈਸੇ ਪੁਰਾਣਾ ਹੈਗਾ ਆਪਣੇ ਕੋਲ, ਕੱਲ੍ਹ ਨੂੰ ਇਹਦੀ ਚਾਲ ਦੇ ਹਿਸਾਬ ਨਾਲ ਨਵਾਂ ਲੈ ਕੇ ਆਵਾਂਗੇ ਨਮੈਟਿਕ ਸਿਲੰਡਰ। ਆਹ ਇਹਦੀਆਂ ਲੱਗੀਆਂ ਸਪੀਡ ਕੰਟਰੋਲਰ, ਅਤੇ ਜਿਹਦੇ ਨਾਲ ਕੀ ਹੈ ਕਲੱਚ ਨੱਪਿਆ ਜਾਣਾ। ਥੋੜ੍ਹੀ ਟੈਸਟਿੰਗ ਦੀ ਵੀਡੀਓ ਤੁਹਾਨੂੰ ਆਪਾਂ ਅੱਗੇ ਦਿਖਾਉਣੀ ਹੈ, ਕਿਵੇਂ ਆਪਾਂ ਪ੍ਰੋਜੈਕਟ ਪਹਿਲਾਂ ਬਾਹਰ ਬਣਾ ਕੇ ਟੈਸਟ ਕਰਦੇ ਹਾਂ ਵੀ ਇਹ ਕਲੱਚ ਨੱਪਦਾ ਜਾਂ ਨਹੀਂ ਨੱਪਦਾ। ਜਿਹਦੇ ਨਾਲ ਆਪਣਾ ਪਾਵਰ ਦਾ ਅੰਦਾਜ਼ਾ ਆ ਜਾਂਦਾ ਵੀ ਯਾਰ ਵੀ ਕਿੰਨੇ ਕੁ ਪਾਵਰ ਤੱਕ ਦਾ ਕੰਮ ਲੈਣਾ ਹੈਗਾ ਆਪਾਂ, ਅਤੇ ਕਿੰਨੀ ਕੁ ਪਾਵਰ ਦਾ ਕੰਮ ਕਰਨਾ। ਅਤੇ ਇਹਨੂੰ ਕੰਟਰੋਲ ਕਰਨ ਲਈ ਇਲੈਕਟ੍ਰੋਨਿਕਸ ਚੀਜ਼ ਲਾਉਣੀ ਆਪਾਂ ਬਾਈ ਜੀ। ਆਹ ਇਹ ਇੱਕ ਸੁੱਚ ਆਉਂਦੀ ਹੈ ਜਿਹੜੀ ਸਿਲੰਡਰ ਨੂੰ ਕੰਟਰੋਲ ਕਰਦੀ ਹੈ, ਅਤੇ ਇਹਨੂੰ ਡੀਸੀ ਵੋਲਟੇਜ ਦੇਣੀ ਪੈਂਦੀ ਹੈ ਇਹ 'ਚ ਕੰਟਰੋਲ ਕਰਨ ਨੂੰ। ਅਤੇ ਇਹਦੇ ਪੁਆਇੰਟ ਹੁੰਦੇ ਆ ਜਿਵੇਂ ਮੰਨ ਲਓ ਏ ਬੀ ਆਰ ਪੀ ਐੱਸ ਪੀ, ਮੰਨ ਲਓ ਵੀ ਮੇਨ ਸਪਲਾਈ ਹੁੰਦੀ ਹੈ ਪ੍ਰੈਸ਼ਰ ਵਾਲੀ, ਏ ਬੀ ਸਿਲੰਡਰ ਦੀਆਂ ਪਾਈਪਾਂ ਹੁੰਦੀਆਂ, ਆਰ ਐੱਸ ਹਵਾ ਦੀਆਂ ਵਾਪਸੀਆਂ ਹੁੰਦੀਆਂ ਦੋਨੋਂ ਸਾਈਡਾਂ ਦੀਆਂ। ਅਤੇ ਇਹਦੀ ਜਿਹੜੀ ਕੰਟਰੋਲਿੰਗ ਕੋਇਲ ਹੈ ਉਹ 12 ਵੋਲਟ 4.8 ਵਾਟ ਦੀ ਹੈ ਜੀ, ਆਈ ਪੀ 65। ਮੰਨ ਲਓ ਵੀ ਇਹਦੀ ਕਪੈਸਿਟੀ ਹੈ ਜਿਹੜੀ, ਮੰਨ ਲਓ ਕਰੰਟ ਖਾਣ ਦੀ ਬਹੁਤ ਘੱਟ ਹੈ। ਅਤੇ ਇਹੀ ਦੋ ਮੇਨ ਚੀਜ਼ਾਂ ਜਿਨ੍ਹਾਂ ਨੇ ਮੰਨ ਲਓ ਚਲਾਉਣਾ ਹੈਗਾ ਇਸ ਚੀਜ਼ ਨੂੰ। ਅਤੇ ਇਸ ਤੋਂ ਬਾਅਦ ਮੰਨ ਲਓ ਇਹ ਇਹੋ ਜਿਹੀ ਪੈਕਿੰਗ 'ਚ ਆਉਂਦੀ ਹੈ ਸਵਿੱਚ, ਇਹ ਸਾਰੀਆਂ ਵੋਲਟੇਜਾਂ ਦੇ ਵਿੱਚ ਆਉਂਦੀ ਹੈ ਜਿਵੇਂ 12 24 36 24 ਏ ਸੀ 24 ਡੀ ਸੀ 36 ਏ ਸੀ 110 ਵੋਲਟ ਏ ਸੀ ਅਤੇ 220 ਵੋਲਟ ਏ ਸੀ ਵੋਲਟੇਜ। ਇਹਨੂੰ ਕਿਸੇ ਵੀ ਵੋਲਟੇਜ ਦੇ ਉੱਪਰ ਆਪਾਂ ਲਾ ਸਕਦੇ ਹਾਂ। ਇਹ ਟੈਸਟਿੰਗ ਲਈ ਇਹਦੀਆਂ ਵਾਇਰਾਂ ਕੀਤੀਆਂ ਪਹਿਲਾਂ, ਅਤੇ ਨਾਲੇ ਇਹਦੇ ਪਲੱਗ ਕਸੇ ਆ। ਪਲੱਗ ਕਸਣ ਵਾਸਤੇ ਟੈਪ ਲਾਉਣ 'ਤੇ ਇੱਕ ਆਪਾਂ ਐਮ ਸੀਲ ਸਫੈਦੇ ਦੀ ਵਰਤੋਂ ਕੀਤੀ ਹੈ। ਅਤੇ ਇਹਦੀ ਆਪਾਂ ਟੈਸਟਿੰਗ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਣੀ ਆ। ਅਤੇ ਜਿਹੜਾ ਤਾਂ ਮੇਨ ਆਪਾਂ ਪ੍ਰੈਸ਼ਰ ਲਿਆ ਹੈਗਾ ਉਹ ਆਪਾਂ ਟਰੈਕਟਰ ਦੀ ਟੈਂਕੀ ਤੋਂ ਲਿਆ ਹੈਗਾ, ਆਹ ਵਾਲਾ ਇਸ ਪਾਈਪ ਤੋਂ ਲੈਣਾ। ਅਤੇ ਇੱਥੋਂ ਟਰੈਕਟਰ ਦਾ ਜਿਹੜਾ ਪ੍ਰੈਸ਼ਰ ਹੈ ਇਸ ਟੈਂਕੀ ਦਾ ਇੱਥੇ ਆਉਂਦਾ ਹੈਗਾ। ਇਹ ਤਾਂ ਆਪਾਂ ਟੈਸਟਿੰਗ ਕਰਨ ਤੋਂ ਬਾਅਦ ਇਹਦੀ ਆਪਾਂ ਸਪਲਾਈ ਬਣਾਵਾਂਗੇ ਸਾਰੀ ਦੀ ਸਾਰੀ, ਵੀ ਕਿਵੇਂ ਆਪਾਂ ਇਹਦੇ ਕਲੱਚ ਅਤੇ ਬ੍ਰੇਕ ਹਵਾ 'ਤੇ ਕਰਨੇ ਆ। ਇਹਦੇ ਨਾਲ ਕੀ ਹੈ ਕਿ ਟਰੈਕਟਰ ਸਟਾਰਟ ਹੋਣ ਤੋਂ 1-2 ਮਿੰਟ ਤੋਂ ਬਾਅਦ ਫੰਕਸ਼ਨ ਸਾਰੇ ਕੰਮ ਸ਼ੁਰੂ ਕਰਨਗੇ, ਬਟ ਇਹ ਇੰਨੇ ਕੁ ਜ਼ਿਆਦਾ ਚਲਾਉਣ ਵਿੱਚ ਸੌਖੇ ਹੋਣਗੇ ਵੀ ਜਿਹੜੇ ਕਿਸੇ ਨੇ ਮੰਨ ਲਓ ਸੋਚੇ ਨਹੀਂ ਹੋਣੇ। ਅਤੇ ਇਹ ਵਾਲੀਆਂ ਚੀਜ਼ਾਂ ਮੰਨ ਲਓ ਬੱਚਾ ਤੱਕ ਵੀ ਚਲਾ ਸਕਦਾ ਇਹ ਚੀਜ਼ਾਂ, ਅਤੇ ਕਿਉਂਕਿ ਇੰਨੇ ਸੌਫਟ ਪੈਡਲ ਹੋਣਗੇ, ਕਿਉਂਕਿ ਕੋਈ ਕਲੱਚ ਪੈਡਲ ਨੱਪਣ ਦੇ ਵਿੱਚ ਜ਼ੋਰ ਨਹੀਂ ਲੱਗਣਾ, ਕਿਉਂਕਿ ਇੱਕ ਸਵਿੱਚ ਦੱਬਣੀ ਹੈ, ਕਿਉਂਕਿ ਉਹ ਨਿੱਕੇ ਤੋਂ ਨਿੱਕਾ ਬੱਚਾ ਵੀ ਦੱਬ ਸਕਦਾ ਸਵਿੱਚ ਨੂੰ। ਅਤੇ ਬ੍ਰੇਕਾਂ 'ਤੇ ਵੀ ਸਵਿੱਚਾਂ ਹੀ ਲੱਗਣੀਆਂ, ਸਿਰਫ ਆਪਾਂ ਪੈਡਲ ਟਾਈਪ ਸਵਿੱਚਾਂ ਬਣਾਵਾਂਗੇ ਇਹਦੀਆਂ, ਅਤੇ ਕਲੱਚ ਵੀ ਆਪਾਂ ਪੈਡਲ ਟਾਈਪ ਬਣਾ ਕੇ ਅੰਦਰ ਲਾਵਾਂਗੇ। ਅਤੇ ਬਾਕੀ ਤੁਹਾਨੂੰ ਕੈਬਨ ਦੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹਦੇ ਆਪਾਂ ਕਲੱਚ ਪੈਡਲ ਕਿੱਥੇ ਬਣਾ ਕੇ ਲਾਉਣੇ ਆ। ਅਤੇ ਇੱਕ ਇੱਕ ਹੋ ਸਕਦਾ ਆਪਾਂ ਸਵਿੱਚ ਦੀ ਆਪਾਂ ਹੱਥ 'ਤੇ ਵੀ ਲਾਵਾਂਗੇ ਮੈਨੂਅਲ ਕੰਟਰੋਲ 'ਤੇ। ਆਪਾਂ ਹੁਣ ਇਸ ਜਗ੍ਹਾ 'ਤੇ ਸਵਿੱਚਾਂ ਹੀ ਲਾਉਣੀਆਂ ਸਿਰਫ ਇਹਦੇ ਪਿੱਛੇ, ਕਿਉਂਕਿ ਸੀਟ ਤਾਂ ਆਪਣੀ ਪਹਿਲਾਂ ਘੁੰਮਦੀ ਕੀਤੀ ਹੋਈ ਹੈ। ਆਵੇ ਵੀ ਬੈਕ ਸਾਈਡ ਕਰ ਲਈ, ਲੌਕ ਹੋ ਗਈ। ਇਸ ਤੋਂ ਬਾਅਦ ਬੰਦੇ ਨੇ ਮੰਨ ਲਓ ਇੱਥੇ ਬਹਿ ਜਾਣਾ, ਬੈਠੀ ਨਹੀਂ ਆ ਜਾ ਤੇ ਬੈਠ, ਉਹ ਆ ਜਾ ਬੈਠ। ਜਿਵੇਂ ਮੰਨ ਲਓ ਆ ਬੱਚਾ ਹੀ ਇੱਕ ਹਿਸਾਬ ਦਾ ਹੀ ਜਿਵੇਂ ਇਹ ਬੈਠਾ। ਅਤੇ ਹੁਣ ਇਹਦੇ ਕੋਲ ਪੈਡਲ ਖੜ੍ਹ ਜਾ ਫੌਜੀ ਤੂੰ ਵੀ, ਹੁਣ ਇਹਦੇ ਕੋਲ ਪੈਡਲ ਦੱਬਣ ਦੀ ਕਪੈਸਿਟੀ ਨਹੀਂ ਹੈਗੀ ਇੱਥੇ ਏ ਸੀ ਕੈਬਨ ਕਰਕੇ। ਸੋ ਇਹਦੇ ਸਿਰਫ ਪੈਰਾਂ ਦੇ ਛੋਟੇ ਛੋਟੇ ਪੈਡਲ ਬਣਾਵਾਂਗੇ ਪੈਰਾਂ ਦੇ ਥੱਲੇ, ਜਿਹੜੇ ਆਸਾਨੀ ਨਾਲ ਦੱਬੇ ਜਾ ਸਕਣ, ਸਵਿੱਚਾਂ ਹੀ ਹੋਣਗੀਆਂ ਉਹ। ਅਤੇ ਹੋ ਸਕਦਾ ਕੋਈ ਨੇੜੇ ਸਵਿੱਚ ਹੋਵੇ ਤਾਂ ਆਪਾਂ ਤੁਹਾਨੂੰ ਦਿਖਾ ਵੀ ਸਕਦੇ ਹਾਂ। ਨਾਲ ਆਪਣਾ ਫੌਜੀ ਵੀ ਚੱਲੇ ਆ, ਨਾ ਮੈਂ ਘੱਟ ਹਾਂ, ਪਹਿਲਾਂ ਮੈਂ ਪੈਡਲ ਦੱਬਣੇ ਆ। ਇਹਨੂੰ ਚੀਜ਼ ਚਲਾਉਣ ਦਾ ਉਦੋਂ ਵੀ ਜ਼ਿਆਦਾ ਸ਼ੌਂਕ ਆ, ਹਜੇ ਮੈਨੂੰ ਘੱਟ ਆ ਇਹਦੇ ਨਾਲੋਂ।
ਤੇ ਸਟੀਅਰਿੰਗ ਦੀ ਵੀਡੀਓ ਆਪਾਂ ਤੁਹਾਨੂੰ ਪਿਛਲੀ ਦਿਖਾਈ ਦਿੱਤੀ ਹੈ ਵੀ ਸਟੀਅਰਿੰਗ ਆਪਾਂ ਇਲੈਕਟ੍ਰੋਨਿਕ ਚਲਾਤਾ ਹੈ। ਬਸ ਉਹ 'ਚ ਥੋੜ੍ਹੀ ਸਪੀਡ ਦੀ ਕਮੀ ਹੈ ਕਿਉਂਕਿ ਟਰੈਕਟਰ ਦੀ ਵੋਲਟੇਜ 12 ਹੈਗੀ ਅਤੇ ਜਿਹੜੀ ਦੀ ਡਰਾਈਵ ਉਹ ਚੱਲਣ ਵਾਲੀ ਵੋਲਟੇਜ 24 'ਤੇ ਹੈ, ਸੋ ਥੋੜ੍ਹੀ ਸਟੀਅਰਿੰਗ ਸਪੀਡ ਘੱਟ ਦਿੰਦਾ। ਅਤੇ ਉਹਦਾ ਕੰਪਨੀ ਫਿਟਡ ਸਿਸਟਮ ਹੀ ਕਰਿਆ ਆਪਾਂ ਬਿਲਕੁਲ। ਅੱਜ ਥੋੜ੍ਹਾ ਜਿਹਾ ਥੋੜ੍ਹਾ ਵੱਜ ਗਿਆ ਹੱਥ 'ਤੇ। ਜਿਹੜੀ ਤੁਹਾਨੂੰ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਇੱਕ ਡਰਾਈਵ ਦਿਖਾਈ ਸੀ ਉਹ ਆਪਾਂ ਇੱਥੇ ਫਿੱਟ ਕਰਤੀ ਹੈ। ਇਹਦੇ ਇਹਦੀਆਂ ਸੈਟਿੰਗ ਵਾਲੇ ਬਟਨ ਉੱਪਰ ਆ ਗਿਆ ਸਾਰੇ, ਅਤੇ ਕਾਮਯਾਬ ਰਿਹਾ ਤਾਂ ਆਪਾਂ ਇਹ ਰੱਖਾਂਗੇ ਅਤੇ ਨਹੀਂ ਆਪਾਂ ਹਾਈਡ੍ਰੋਲਿਕ ਜਦੋਂ ਮਰਜ਼ੀ ਲਾ ਦਿਆਂਗੇ, ਕੋਈ ਦਿੱਕਤ ਵਾਲੀ ਚੀਜ਼ ਨਹੀਂ ਹੈਗੀ। ਅਤੇ ਬਾਕੀ ਫਿਟਿੰਗ ਐਂ ਕੀਤੀ ਜਿਵੇਂ ਕੋਈ ਕੰਪਨੀ ਫਿਟਿੰਗ ਹੁੰਦੀ ਹੈ। ਅਤੇ ਬਾਕੀ ਪੁਆਇੰਟ ਆਪਾਂ ਹਾਈਡ੍ਰੋਲਿਕ ਦੇ ਵੀ ਛੱਡੇ ਹੋਏ ਆ, ਪਹਿਲਾਂ ਹੀ ਹਾਈਡ੍ਰੋਲਿਕ ਪੁਆਇੰਟ ਲਾਉਣ ਦੇ ਵੀ ਛੱਡੇ ਹੋਏ ਆ ਸਟੀਅਰਿੰਗ ਦੇ। ਅਤੇ ਪੈਡਲ ਇਹਦੇ ਆਪਾਂ ਉਸ ਹਿਸਾਬ ਨਾਲ ਲਾਉਣੇ ਆ ਹੁਣ ਵੀ ਜਿਹੜੇ ਅੰਦਰੇ ਅੰਦਰੇ ਬੰਦਾ ਏ ਸੀ ਕੈਬਨ 'ਚ ਹੀ ਬੈਠਾ ਰਹੇ। ਸਟੀਅਰਿੰਗ ਵਗੈਰਾ ਲਾ ਤਾ, ਸਟੀਅਰਿੰਗ ਇੰਨਾ ਰਲਾ ਵੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਵੀ ਇੱਕ ਸਾਈਡ ਨੂੰ ਘੁਮਾ ਕੇ ਛੱਡ ਦਈਏ ਤਾਂ ਘੁੰਮੀ ਜਾਂਦਾ ਦੂਜੀ ਸਾਈਡ ਨੂੰ। ਕਮਾਈ ਪੁੱਤ ਐਂ ਜ਼ੋਰ ਨਾ ਇੱਕ ਸਾਈਡ ਕਮਾਈ ਐਂ ਦੇਖੋ, ਸਟੀਅਰਿੰਗ ਤਾਂ ਬੜਾ 15 ਮਿੰਟ ਘੁੰਮੀ ਜਾਵੇ ਇੰਨਾ ਰਲਾ ਹੈ। ਰੁਕਣ ਵਾਲਾ ਨਹੀਂ ਹੈਗਾ ਸਟੀਅਰਿੰਗ, ਜਿੰਨਾ ਟਾਈਮ ਮਰਜ਼ੀ ਵੀਡੀਓ ਲਾਈ ਰੱਖੀਏ 5-6 ਮਿੰਟ ਐਂ ਘੁੰਮ ਸਕਦਾ ਆਰਾਮ ਨਾਲ। ਅਤੇ ਬਹੁਤ ਰਲਾ ਬਣਿਆ ਸਿਸਟਮ ਇਹ। ਅਤੇ ਬਾਕੀ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦਿਖਾਉਣੀ ਹੈ ਜੋ ਵੀ ਚੀਜ਼ ਇਹਦੀ ਆਪਾਂ ਹੋਰ ਅਪਡੇਟ ਕਰਦੇ ਹਾਂ। ਇਹ ਵਾਲੀਆਂ ਅਪਡੇਟਾਂ ਹਜੇ ਤੱਕ ਟਰੈਕਟਰਾਂ ਦੇ ਵਿੱਚ ਤਾਂ ਕਿਸੇ ਨੇ ਕੀਤੀਆਂ ਨਹੀਂ ਹੈਗੀਆਂ, ਅਤੇ ਆਪਣੇ ਜਿਵੇਂ ਜਿਵੇਂ ਦਿਮਾਗ 'ਚ ਆਉਂਦਾ ਆਪਾਂ ਉਵੇਂ ਉਵੇਂ ਚੇਂਜਸ ਕਰਦੇ ਰਹਿੰਦੇ ਹਾਂ। ਅਤੇ ਬਾਕੀ ਤੁਹਾਨੂੰ ਅੱਗੇ ਟੈਸਟਿੰਗ ਦੀ ਵੀਡੀਓ ਦਿਖਾਉਣੀ ਆ, ਆਪਾਂ ਉਹ ਸਿਲੰਡਰ ਦੀ ਟੈਸਟਿੰਗ ਕੀਤੀ ਹੈ ਅਤੇ ਉਹਦੀ ਆਪਾਂ ਵੀਡੀਓ ਦਿਖਾਉਣੀ ਤੁਹਾਨੂੰ ਟੈਸਟਿੰਗ ਕਰਕੇ, ਅਤੇ ਵੀ ਕਿੰਨਾ ਪਾਵਰ ਚਾਹੀਦੀ ਹੈ ਪੈਡਲ ਨੂੰ ਆਪਾਂ ਨੂੰ, ਇਹਦੀ ਟੈਂਕੀ 'ਚੋਂ ਉਨੀ ਪਾਵਰ ਹੈਗੀ ਆ ਜਾਂ ਹੈ ਨਹੀਂ ਗੀ। ਆਪਣੀ ਮਰਜ਼ੀ ਹੈ ਸੈੱਟ ਕਰਨ ਵੇਲੇ। ਐ ਨੱਪੀ ਰੱਖੂ, ਕਲੱਚ ਨੱਪਿਆ ਹੋਇਆ ਨੱਪੀ ਰੱਖੂ, ਹੈ ਜਿਹਦੇ ਕਲੱਚ ਦਾ ਪੈਰ ਚੱਕਿਆ ਕਲੱਚ ਬੈਠ ਹੈ। ਇਹਨੂੰ ਲੈ ਜੀ ਝੱਕ ਕੇ, ਤੇਰੇ ਮੁੰਡੇ ਕੀ ਜ਼ਰੂਰ ਹੈ।
ਕੋਈ ਚੱਕਰ ਨਹੀਂ, ਮੈਂ ਰੋਕ ਲੂ ਚੱਲ ਪੂਗਾ ਤਾਂ। ਨਹੀਂ ਆਪਾਂ ਇੱਥੋਂ ਲਾ ਦਿਆਂਗੇ ਜਮਾਂ ਥੱਲਾ, ਸਹੀ ਹੈ ਕਰ ਦੇ। ਘਟਾ ਦਿੰਦੇ ਆਪਾਂ ਲੀਕ ਕਰ ਦਿੰਦੇ, ਘੱਟ ਕੇ ਕੰਮ ਕਰਦਾ ਮੈਂ ਐਂ ਦੇਖਣਾ, ਪੰਜ ਸੱਤ ਤਰ੍ਹਾਂ ਦੇ ਮੱਪਿਆ ਵੀ ਜਾਵੇ ਤਾਂ ਘਰ ਛੱਡਦੇ ਕੁਝ ਕਿੰਨੇ ਦਾ ਨੱਬਦਾ ਦੇਖਣਾ। ਬਸ ਤੁਹਾਨੂੰ ਕਰ ਦੱਸੋ ਜੇ ਸਿਲੰਡਰ ਵੱਡਾ ਨਾ ਤੇਲ ਖੜ ਗਿਆ ਤਿੰਨ ਚਾਰ। ਲਓ ਜੀ, ਇਸ ਦੇ ਨਾਲ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣਾ ਜੈਕ ਹੈ ਜਿਹੜਾ ਮੰਨ ਲਓ ਕੰਮ ਕਰ ਸਕਦਾ। ਸੋ ਇਹਦੀ ਸਟਰੋਕ ਮਿਣ ਕੇ ਉਸ ਹਿਸਾਬ ਨਾਲ ਇਹਦਾ ਜੈਕ ਆਪਾਂ ਲਿਆਵਾਂਗੇ ਅਤੇ ਇਸ ਉਸ ਹਿਸਾਬ ਨਾਲ ਹੀ ਕੰਮ ਲਵਾਂਗੇ। ਫਿਟਿੰਗ ਇਹਦੀ ਅੰਡਰਗਰਾਊਂਡ ਹੀ ਕਰਾਂਗੇ ਸਾਰੀ, ਤਾਂ ਵੈਸੇ ਟੈਸਟਿੰਗ ਵਾਸਤੇ ਆਪਾਂ ਉੱਪਰ ਰੱਖ ਕੇ ਟੈਸਟਿੰਗ ਕਰੀ ਹੈ ਜੀ। ਅਤੇ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ। ਅਤੇ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਜਿਵੇਂ ਜਿਵੇਂ ਫਿਟਿੰਗ ਹੁੰਦੀ ਹੈ ਇਹਨਾਂ ਦੀ। ਧੰਨਵਾਦ ਜੀ।